ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਘਟਨਾ ਪਿਛਲੇ ਦਿਨੀ ਦਿੱਲੀ ਵਿਖੇ ਵਾਪਰੀ ਹੈ, ਦੋ ਪਿਓ ਪੁੱਤ ਜੋ ਸਿੱਖ ਸਨ, ਸਿੱਖ ਹੀ ਨਹੀਂ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਸਨ, ਜੋ ਉਹਨਾਂ ਨਾਲ ਦਿੱਲੀ 'ਚ ਵਾਪਰੀ ਹੈ, ਉਹਨੇ 1984 ਮੁੜ ਕੇ ਸਿੱਖ ਕੌਮ ਨੂੰ ਯਾਦ ਕਰਵਾ ਦਿੱਤਾ ਕਿ ਜਿਹੜੀ ਦਿੱਲੀ ਦੇ ਲੋਕਾਂ ਦੀ ਸਿੱਖਾਂ ਦੇ ਖਿਲਾਫ ਸਾਇਕੀ ਬਣੀ ਹੋਈ ਹੈ, ਉਹਨੇ ਆਪਣਾ ਮੁੜ ਕੇ ਰੂਪ ਵਿਖਾ ਦਿੱਤਾ ਆ ਕਿ ਕਿਵੇਂ ਸਿੱਖ ਕੌਮ ਦੇ ਖਿਲਾਫ ਦਿੱਲੀ ਦਾ ਹੋਰ ਜਿਹੜੇ ਫਿਰਕੇ ਨੇ ਉਹਨਾਂ ਦੀ ਸੋਚ ਜਿਹੜੀ ਆ ਉਹ ਬਣੀ ਹੋਈ ਹੈ। ਗੱਲ ਇਸ ਘਟਨਾ ਦੀ ਨਹੀਂ, ਗੱਲ ਇਹ ਹੈ ਕਿ ਜੋ ਸੋਚ ਲੋਕਾਂ ਦੀ, ਉਹਨਾਂ ਲੋਕਾਂ ਦੀ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ, ਜਿਹੜੇ ਐਂਟੀ ਸਿੱਖ ਸੋਚ ਰੱਖਣ ਵਾਲੇ ਲੋਕ ਨੇ, ਭਾਰਤ ਦੇ ਸਾਰੇ ਲੋਕ ਮਾੜੇ ਨਹੀਂ, ਸਾਰੇ ਲੋਕ ਅਜਿਹੀ ਸੋਚ ਰੱਖਣ ਵਾਲੇ ਨਹੀਂ, ਲੇਕਿਨ ਕੁਝ ਲੋਕ ਜ਼ਰੂਰ ਐਸੇ ਨੇ ਜਿਹੜੇ ਸਿੱਖ ਕੌਮ ਦੇ ਮਾਨਸਿਕ ਤੌਰ 'ਤੇ ਖਿਲਾਫ ਨੇ। ਜੋ ਵਰਤਾਰਾ ਉਹਨਾਂ ਦੋਵਾਂ ਪਿਓ ਪੁੱਤਾਂ ਨਾਲ ਹੋਇਆ ਅਤੇ ਦਿੱਲੀ ਇਸ ਦੇਸ਼ ਦੀ ਰਾਜਧਾਨੀ 'ਚੋਂ ਹੋਇਆ, ਅਤੇ ਜਿਹਨੂੰ ਜਿਸ ਪੁਲਿਸ ਨੂੰ ਲੋਕਾਂ ਦੇ ਰਾਖੇ ਗਿਣਿਆ ਜਾਂਦਾ, ਜੋ ਉਹਨਾਂ ਨੇ ਕੀਤਾ ਆ, ਜਿਸ ਢੰਗ ਨਾਲ ਕੀਤਾ, ਸਿੱਖੀ ਦੀ ਆਨ ਅਤੇ ਸ਼ਾਨ ਪਗੜੀ ਹੈ, ਉਹਨਾਂ ਨੇ ਕਿਵੇਂ ਪੈਰਾਂ 'ਚ ਰੋਲੀ ਹੈ, ਉਹ ਅੰਮ੍ਰਿਤਧਾਰੀ ਸਿੱਖ ਜਿਹਦੇ ਕੇਸਾਂ ਵਿੱਚ ਅੰਮ੍ਰਿਤ ਦੇ ਚੂਲੇ ਪਏ ਹੋਏ ਨੇ, ਉਹਨਾਂ ਨੂੰ ਬੂਟਾਂ ਦੇ ਠੁੱਡੇ ਮਾਰੇ ਗਏ ਉਹਨਾਂ ਕੇਸਾਂ ਨੂੰ, ਉਹ ਸੀਸ ਨੂੰ, ਅਤੇ ਜਿਸ ਢੰਗ ਨਾਲ ਧੂ ਕੇ ਘਸੀਟ ਕੇ ਬੇਅਦਬ ਕਰਕੇ ਉਹਨਾਂ ਨੂੰ ਥਾਣੇ ਦੋ ਪਿਓ ਪੁੱਤਾਂ ਨੂੰ ਖੜਿਆ ਆ। ਇਸ ਘਟਨਾ ਦੀ ਘੋਰ ਨਿੰਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਮੰਗ ਕਰਦਾ ਆ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਜਿਹੜੇ ਪੁਲਿਸ ਅਫਸਰ ਇਹਦੇ ਵਾਸਤੇ ਦੋਸ਼ੀ ਨੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ। ਇੰਨੇ ਨਾ ਬੁੱਤਾਂ ਨਹੀਂ ਸਰਨਾ ਕਿ 10-12 ਜਣੇ ਕੁੱਟਣ ਡਏ ਸੀਗੇ ਅਤੇ 3 ਜਣਿਆਂ 'ਤੇ ਪਰਚਾ ਦੇ ਦਿਓ ਅਤੇ ਉਹਨਾਂ ਦੋ ਸਿੱਖਾਂ 'ਤੇ ਵੀ ਪਰਚਾ 307 ਦਾ ਦੇ ਦਿਓ। ਇਹ ਸਿੱਖ ਨੂੰ ਜਿਹੜੇ ਕਕਾਰ ਮਿਲੇ ਨੇ, ਨਾਲ ਗੁਰੂ ਮਹਾਰਾਜ ਨੇ ਅਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਅਧਿਕਾਰ ਦਿੱਤੇ ਨੇ ਕਿ ਤੁਸੀਂ ਆਪਣੀ ਰਕਸ਼ਾ ਵਾਸਤੇ ਇਹਨਾਂ ਦੀ ਵਰਤੋਂ ਕਰ ਸਕਦੇ ਹੋ। ਉਹਨਾਂ ਨੇ ਨਾ ਤਾਂ ਹਿੰਦੁਸਤਾਨ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਨਾ ਆਪਣੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਉਹਨਾਂ ਨੇ ਆਪਣੇ ਆਤਮ ਰੱਖਿਆ ਵਾਸਤੇ ਆਪਣੇ ਕਕਾਰ ਦੀ ਵਰਤੋਂ ਕੀਤੀ ਹੈ, ਲੇਕਿਨ ਉਹਨਾਂ 'ਤੇ ਜਿਹੜਾ 307 ਦਾ ਪਰਚਾ ਦਿੱਤਾ ਗੈਰ ਕਾਨੂੰਨੀ ਆ, ਉਹ ਰੱਦ ਹੋਣਾ ਚਾਹੀਦਾ। ਅਤੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਵਾਸਤੇ ਬਾਕੀ ਦੋਸ਼ੀ ਨੇ, ਉਹਨਾਂ 'ਤੇ ਵੀ ਜਿਹੜੀਆਂ ਯੋਗ ਧਰਾਵਾਂ ਨੇ ਉਹ ਲਾ ਕੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਡਿਸਮਿਸ ਕਰਨਾ ਚਾਹੀਦਾ, ਤਾਂ ਕਿ ਮੁੜ ਕੇ ਕੋਈ ਕਿਸੇ ਫੋਰਸ ਦਾ ਬੰਦਾ ਜਿਹੜਾ ਸੰਵਿਧਾਨ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ। ਆਸ ਕਰਦਾ ਕਿ ਜਿਹੜੀਆਂ ਵੀ ਗਵਰਨਮੈਂਟ ਸੰਬੰਧਿਤ ਹੈਗੀਆਂ ਨੇ ਉਹ ਇਹਦੇ 'ਤੇ ਅਮਲ ਕਰਨਗੀਆਂ, ਅਗਰ ਅਮਲ ਨਹੀਂ ਕਰਦੀਆਂ ਤਾਂ ਸਿੱਖ ਕੌਮ ਮਜਬੂਰ ਹੋਏਗੀ ਕਿ ਇਹਨਾਂ ਮਾੜੀਆਂ ਘਟਨਾ ਦਾ ਜਵਾਬ ਤਾਂ ਕੌਮ ਆਪ ਦੇਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।